ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਜ਼ਰਾਈਲ ਦੇ ਸ਼ਫੀ ਡੈਨੀਅਲ ਕਾਰਮਨ ਨਾਲ ਸਵੇਰ ਦੇ ਖਾਣੇ ਤੇ ਮੁਲਾਕਾਤ ਕੀਤੀ। ਦੋਵਾਂ ਵਿਚਾਲੇ ਪਾਣੀ ਦੀ ਸੰਭਾਲ, ਡੇਰੀ ਖੇਤੀਬਾੜੀ ਟੈਕਨੋਲੋਜੀ ਤੇ ਸੁਰੱਖਿਆ ਨੂੰ ਲੈ ਕੇ ਗੱਲਬਾਤ ਹੋਈ। ਅੱਜ ਦੂਸਰੇ ਦਿਨ ਵੀ ਪਵਿੱਤਰ ਅਮਰਨਾਥ ਯਾਤਰਾ ਮੁਅੱਤਲ ਹੈ। ਖਰਾਬ ਮੌਸਮ ਦੇ ਚਲਦਿਆਂ ਹਜ਼ਾਰਾਂ ਯਾਤਰੀਆਂ ਨੂੰ ਬਾਲਟਾਲ ਤੇ ਪਹਿਲਗਾਮ ਆਧਾਰ ਕੈਂਪਾਂ ਵਿੱਚ ਰੁਕਣਾ ਪੈ ਰਿਹਾ ਹੈ। ਤਿੱਬਤੀਆਂ ਦੇ ਧਾਰਮਿਕ ਗੁਰੂ ਅਤੇ 14ਵੇਂ ਦਲਾਈ ਲਾਮਾ ਅੱਜ 83 ਸਾਲਾਂ ਦੇ ਹੋ ਗਏ। ਉਹਨਾਂ ਨੇ ਇਸ ਮੌਕੇ ਤੇ ਆਪਣੇ ਸ਼ਰਧਾਲੂਆਂ ਵਿਚਕਾਰ ਕੇਕ ਕੱਟ ਕੇ ਜਨਮ ਦਿਨ ਮਨਾਇਆ। ਦਲਾਈ ਲਾਮਾ ਦਾ ਜਨਮ 6 ਜੁਲਾਈ 1935 ਨੂੰ ਤਿੱਬਤ ਦੇ ਤਖ਼ਤ ਸਿਰ ਵਿਖੇ ਹੋਇਆ ਸੀ। ਸੁਰੱਖਿਆ ਬਲਾਂ ਨੇ ਅੱਜ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚੋਂ 2 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਸ਼ੱਕੀਆਂ ਦੀ ਪਹਿਚਾਣ ਰਮੀਜ਼ ਲੋਨ ਅਤੇ ਆਮਿਰ ਅਹਿਮਦ ਵਜੋਂ ਹੋਈ ਹੈ। ਥਾਈਲੈਂਡ 'ਚ ਗੁਫਾ 'ਚ ਫਸੇ 12 ਬੱਚੇ ਅਤੇ ਉਹਨਾਂ ਦੇ ਫੁੱਟਬਾਲ ਕੋਚ ਨੂੰ ਬਚਾਉਣ ਦੌਰਾਨ ਵੱਡਾ ਹਾਦਸਾ ਹੋਇਆ ਹੈ। ਬਚਾਅ ਕਾਰਜ ਲਈ ਪਹੁੰਚੇ ਇੱਕ ਨੇਵੀ ਸੀਲ ਕਮਾਂਡੋ ਦੀ ਮੌਤ ਹੋ ਗਈ। ਹਾਲਾਂਕਿ ਰਾਹਤ ਬਚਾਅ ਕਾਰਜ ਜਾਰੀ ਹੈ। ਮੈਕਸੀਕੋ ਦੀ ਰਾਜਧਾਨੀ ਮੈਕਸੀਕੋ ਸਿਟੀ ਦੇ ਉੱਤਰੀ ਕਸਬੇ ਟਲਟੇਪੈਕ ਵਿੱਚ ਇੱਕ ਪਟਾਕਿਆਂ ਤੇ ਆਤਿਸ਼ਬਾਜ਼ੀ ਵਰਕਸ਼ਾਪ ਵਿੱਚ ਸਿਲਸਿਲੇਵਾਰ ਧਮਾਕੇ ਹੋਣ ਦੇ ਕਾਰਨ 24 ਲੋਕਾਂ ਦੀ ਮੌਤ ਹੋ ਗਈ ਅਤੇ 49 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ। ਮੱਧ ਪ੍ਰਦੇਸ਼ 'ਚ ਹੋਸੰਗਾਬਾਦ 'ਚ ਇੱਕ ਪੈਟਰੋਲ ਪੰਪ ਦੇ ਕਰਮਚਾਰੀ ਨੂੰ ਪੈਟਰੋਲ ਪੰਪ ਦੇ ਥੰਮ ਨਾਲ ਬੰਨ ਕੇ ਉਸਦੀ ਪੰਪ ਦੇ ਮਾਲਕ ਤੇ ਮਾਲਕ ਦੇ ਦੋਸਤ ਵੱਲੋਂ ਬੈਲਟ ਨਾਲ ਕੁੱਟਮਾਰ ਕੀਤੀ ਗਈ। ਕਰਮਚਾਰੀ ਦੀ ਇਸ ਲਈ ਕੁੱਟਮਾਰ ਕੀਤੀ ਗਈ ਕਿਉਂਕਿ ਉਹ ਕੰਮ ਤੇ ਨਹੀਂ ਆਇਆ ਸੀ, ਜਦਕਿ ਕਰਮਚਾਰੀ ਦਾ ਕਹਿਣਾ ਹੈ ਕਿ ਉਹ ਹਾਦਸੇ ਵਿੱਚ ਜ਼ਖਮੀ ਹੋ ਗਿਆ ਸੀ, ਜਿਸ ਦੇ ਚਲਦਿਆਂ ਉਹ 5-6 ਦਿਨਾਂ ਤੱਕ ਕੰਮ ਤੇ ਨਹੀਂ ਆ ਸਕਿਆ। ਜੰਮੂ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਤੋਂ ਵੀਰਵਾਰ ਨੂੰ ਇੱਕ ਪੁਲਿਸ ਕਾਂਸਟੇਬਲ ਜਾਵਿਦ ਅਹਿਮਦ ਡਾਰ ਨੂੰ ਅਗਵਾ ਕੀਤਾ ਗਿਆ ਸੀ। 5 ਜੁਲਾਈ ਦੀ ਰਾਤ ਨੂੰ ਇਸ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਅੱਤਵਾਦੀਆਂ ਵੱਲੋਂ ਪੁਲਿਸ ਕਾਂਸਟੇਬਲ ਜਾਵਿਦ ਅਹਿਮਦ ਡਾਰ ਦੀ ਹੱਤਿਆ ਕਰ ਦਿੱਤੀ ਗਈ। ਮੁੰਬਈ ਦੇ ਜੂਹੂ ਬੀਚ ਤੇ ਤੈਰਾਕੀ ਲਈ ਗਏ 5 ਨੌਜਵਾਨ ਸਮੁੰਦਰ ਵਿੱਚ ਡੁੱਬ ਗਏ, ਜਿਨ੍ਹਾਂ ਵਿੱਚੋਂ ਇੱਕ ਨੂੰ ਬਚਾ ਲਿਆ ਗਿਆ ਹੈ। ਉੱਥੇ ਹੀ ਇੱਕ ਨੌਜਵਾਨ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਅਤੇ ਜਿਸ ਦੀ ਮ੍ਰਿਤਕ ਸਰੀਰ ਕੱਲ੍ਹ ਬਰਾਮਦ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੀ ਸਰਕਾਰ ਨੇ 15 ਜੁਲਾਈ ਤੋਂ ਸੂਬੇ ਵਿੱਚ ਪਲਾਸਟਿਕ ਦੀ ਵਰਤੋਂ ਉੱਪਰ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।